ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਸਾਡਾ ਸਾਊਥ ਕੋਰੀਆ ਦਾ ਅਸੀਂ ਓਪਨ ਕਰ ਲਿਆ ਸੀ ਵੈਸੇ, ਅਤੇ ਵੀਜ਼ਾ ਆਇਆ ਕਿਉਂਕਿ ਪਤਾ ਲੱਗ ਜਾਂਦਾ ਵੈਸੇ ਤੁਹਾਨੂੰ ਪਤਾ ਔਨਲਾਈਨ ਹੈ ਨਾ, ਅਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ। ਥੈਂਕ ਯੂ ਸਰ ਵੈਰੀ ਮੱਚ। ਬੋਲਦੇ ਮੈਨੂੰ ਅਸੀਂ ਬੋਲਣਾ ਹੀ ਨਹੀਂ। ਅਤੇ ਸਾਊਥ ਕੋਰੀਆ ਦਾ ਵੀਜ਼ਾ ਇਹ ਕਿਹਨੂੰ ਕਹਿੰਦੇ ਨੇ, ਡੀ ਫੋਰ ਵੀਜ਼ਾ? ਹਾਂਜੀ। ਚਲੋ ਅਤੇ ਹਾਲੋ ਹੈਂਡ ਓਵਰ ਕਰਦਾ। ਅਤੇ ਬਹੁਤ ਬਹੁਤ ਜਿਹਨੂੰ ਕਹਿ ਦਿੰਦੇ ਹਾਂ ਅੱਗਾਂ ਮੁਬਾਰਕ ਆ। ਅਤੇ ਇੱਕ ਵੀਜ਼ਾ ਤੁਹਾਡਾ ਹੋਰ ਆਇਆ ਸੀਗਾ ਗੁਨੀਤ, ਇਹਨਾਂ ਦਾ ਆਪਾਂ ਅਗਲੇ ਵੀਡੀਓ ਦੇ ਵਿੱਚ ਉਹ ਕਰਾਂਗੇ। ਅਤੇ ਹੁਣ ਸਭ ਤੋਂ ਪਹਿਲਾਂ ਤਾਂ ਮੂੰਹ ਮਿੱਠਾ ਕਰੋ ਤੁਸੀਂ, ਹੈ ਨਾ। ਮੈਂ ਤਾਂ ਵੈਸੇ ਕਰ ਲਿਆ ਸੀ, ਚਲੋ ਆਪਾਂ ਦੋਨੇ ਕਰਦੇ ਹਾਂ। ਚਲੋ ਤੁਸੀਂ ਵੀ ਕਰ ਲਓ। ਅਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ। ਥੈਂਕ ਯੂ ਸਰ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਦੇਖੋ ਇਹਨਾਂ ਦਾ ਵੀਜ਼ਾ ਆਇਆ। ਇਸ ਵੀਡੀਓ ਦੇ ਵਿੱਚ ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਆਪਾਂ ਪਹਿਲਾਂ ਕਿਸੇ ਏਜੰਟ ਦਾ ਨਾਂ ਨਹੀਂ ਦੱਸਣਾ ਕਿਉਂਕਿ ਆਪਾਂ ਕਿਸੇ ਨਾਲ ਉਹ ਕੁਛ ਨਹੀਂ ਕਹਿਣਾ। ਬਟ ਮੈਂ ਛੋਟੀ ਜਿਹੀ ਗੱਲ ਇਹ ਕਹਿਣਾ ਚਾਹੁੰਦਾ ਕਿ ਤੁਹਾਡਾ ਪਹਿਲਾਂ ਅਪਲਾਈ ਹੋਇਆ ਸੀ ਸਾਊਥ ਕੋਰੀਆ ਦਾ, ਇਹ ਗੱਲ ਸੱਚ ਹੈ? ਤੁਸੀਂ ਮੈਨੂੰ ਕਾਲ ਕੀਤੀ ਸੀ ਕਿ ਮੇਰਾ ਫਲਾਨੇ ਏਜੰਟ ਤੋਂ, ਜਲੰਧਰ ਤੋਂ, ਜੋ ਵੀ ਵਾਟਾ ਜਿੰਨੀ ਜੋ ਵੀ ਕਿਸੇ ਤੋਂ, ਹੈ ਨਾ, ਵੀ ਮੇਰਾ ਅਪਲਾਈ ਹੋਇਆ ਅਤੇ ਯੂਨੀਵਰਸਿਟੀ ਦੇ ਵਿੱਚ ਤੁਹਾਡੀ ਯੂਨੀਵਰਸਿਟੀ ਤੁਹਾਡੀ ਪਹਿਲਾਂ ਕਿਹੜੀ ਸੀ? ਜੋਨਬਗ। ਅਤੇ ਉਹਦੇ ਵਿੱਚ ਤੁਹਾਡੀ ਰਿਜੈਕਸ਼ਨ ਆ ਗਈ। ਹਾਂਜੀ। ਤੁਸੀਂ ਪਹਿਲਾਂ ਫੰਡ ਕਿੰਨਾ ਸ਼ੋਅ ਕੀਤਾ ਸੀ? ਜੋਨਬੁਕ 'ਚ ਮੈਂ ਕੀਤਾ ਸੀਗਾ 12-13 ਲੱਖ। 12-13 ਲੱਖ ਰੁਪਇਆ, ਅਤੇ ਹੁਣ ਵੀ ਸੇਮ ਹੀ ਫੰਡ ਆਉਣਾ ਹੀ? ਹਾਂਜੀ। ਅਤੇ ਦੇਖੋ ਹੁਣ ਨਹੀਂ ਆਪਾਂ ਨਾਮ ਦੱਸਣਾ ਯੂਨੀਵਰਸਿਟੀ ਦਾ, ਪਹਿਲਾਂ ਦੱਸਦਾ, ਹੁਣ ਨਹੀਂ ਦੱਸਣਾ ਕਿਉਂਕਿ ਥੋੜ੍ਹਾ ਸੀਕ੍ਰੇਟ ਵੀ ਹੁੰਦਾ। ਅਤੇ ਪਰ ਤੁਹਾਡੇ ਸਾਹਮਣੇ ਆਹ ਵੀਜ਼ਾ ਆ ਚੁੱਕਿਆ ਸਾਊਥ ਕੋਰੀਆ ਦਾ ਡੀ ਫੋਰ ਵੀਜ਼ਾ, ਕਿਉਂਕਿ ਦੇਖੋ ਮੈਟਰ ਯੂਨੀਵਰਸਿਟੀ ਨਹੀਂ ਹੁੰਦੀ, ਮੈਟਰ ਹਰ ਇੱਕ ਚੀਜ਼ ਦੇ ਵਿੱਚ ਨਿੱਕਾ ਨਿੱਕਾ ਕਨਸੈਪਟ ਹੁੰਦਾ। ਫੰਡ ਸ਼ੋ ਕਿੰਨਾ ਦੇ ਅਕਾਊਂਟ ਵਿੱਚ ਸ਼ੋਅ ਕਰ ਰਹੇ ਹਾਂ, ਪੇਰੈਂਟਸ ਵਿੱਚ, ਆਪਣੇ ਵਿੱਚ। ਹੁਣ ਤੁਸੀਂ ਜਿਹੜਾ ਫੰਡ ਸ਼ੋਅ ਕੀਤਾ ਉਹ ਤੁਸੀਂ ਆਪਣੇ ਅਕਾਊਂਟ ਵਿੱਚ ਕੀਤਾ ਸੀ ਕਿ ਪੇਰੈਂਟਸ ਦੇ ਅਕਾਊਂਟ? ਮੇਰੇ ਅਕਾਊਂਟ 'ਚ ਮੈਂ ਸੈਲਫੀ ਫੰਡ ਸ਼ੋਅ ਕੀਤਾ। ਅਤੇ ਤੁਸੀਂ ਕੋਈ ITR ਵਗੈਰਾ ਲਾਈਆਂ ਨਾਲ? ਹਾਂਜੀ ਸਰ, ਮੈਂ 3 ਸਾਲ ਦੀ ਲਾਈ ਹੈ। 3 ਸਾਲ ਦੀ ITR ਲਾਈ। ਤੁਸੀਂ ਕੋਈ ਜੋਬ ਕਰਦੇ ਹੋ? ਹਾਂਜੀ ਸਰ, ਹੁਣੇ ਕਰਦੇ ਨੇ, ਰਿਜਾਈਨ ਕਰਤਾ। ਨਹੀਂ ਉਦੋਂ ਪਤਾ ਲੱਗਿਆ? ਹਾਂਜੀ। ਪਤਾ ਕਦੋਂ ਲੱਗਿਆ ਤੁਹਾਨੂੰ? ਪਤਾ ਮੈਨੂੰ ਹਫ਼ਤੇ ਵੀ ਲੱਗ ਗਿਆ ਸੀਗਾ। ਅਤੇ ਲੱਗਦਾ ਨਹੀਂ ਪਤਾ ਵੀ ਰਾਜ ਹੋਇਆ ਕਿ ਨਹੀਂ? ਨਹੀਂ ਸਰ, ਮਤਲਬ 50-50 ਸੀਗਾ, ਮਤਲਬ ਲਾਸਟ ਚਾਂਸ ਸੀਗਾ ਮੇਰਾ ਵੈਸੇ। ਤੁਸੀਂ ਜਦੋਂ ਮੈਨੂੰ ਕਾਲ ਕੀਤੀ ਸੀ ਪਹਿਲੇ ਦਿਨ, ਮੈਨੂੰ ਪਤਾ ਤੁਸੀਂ ਮੈਨੂੰ ਕਾਲਾਂ ਵੈਸੇ ਬਹੁਤ ਕਰਦੇ ਹੁੰਦੇ ਸੀ ਸਟਾਰਟਿੰਗ ਵਿੱਚ ਮੈਨੂੰ, ਕਿਉਂਕਿ ਥੋੜ੍ਹਾ ਨੰਬਰ ਮੈਨੂੰ ਲੱਗਦਾ ਮੇਰੇ ਕੋਲ ਟਿਊਕਲਰ 'ਤੇ ਆ ਜਾਂਦਾ ਹੁੰਦਾ ਸੀਗਾ ਰਾਜ, ਹੈ ਨਾ, ਪਤਾ ਨਹੀਂ ਉਹ ਵੀ। ਅਤੇ ਇਹ ਹੈ ਕਿ ਮੈਨੂੰ ਲੱਗਦਾ ਹੈ ਨਹੀਂ ਸੀ ਤੁਸੀਂ ਕਰਾਉਣਾ ਕੰਮ, ਮੈਂ ਤੁਹਾਨੂੰ ਸੱਚ ਦੱਸਾਂ, ਕਿਉਂਕਿ ਕਿਉਂਕਿ ਕਰਾਉਣਾ ਪਤਾ ਜੀ ਤੁਹਾਨੂੰ ਡਰ ਲੱਗਦਾ ਹੁੰਦਾ ਸੀਗਾ ਕਿ ਪਹਿਲਾਂ ਵੀ ਮੇਰੀ ਰਿਜੈਕਸ਼ਨ ਆ ਗਈ, ਹੁਣ ਵੀ ਨਾ ਕਿਤੇ ਆ ਜਾਏ, ਕਿਉਂਕਿ ਆਪਾਂ ਨੂੰ ਇਹ ਲੱਗਦਾ ਸੀਗਾ ਕਿ ਦੁਬਾਰਾ ਲਾਤਾ ਕੀ ਪਤਾ ਵੀਜ਼ਾ ਆਊ ਕਿ ਨਹੀਂ। ਅਤੇ ਤੁਸੀਂ ਯਕੀਨ ਕਿਵੇਂ ਕਰ ਲਿਆ ਸਾਡੇ ਫਿਰ ਵੀ ਤੁਸੀਂ ਇੰਨੀ ਦੂਰੋਂ, ਤੁਸੀਂ ਕਿਹੜੀ ਜਗ੍ਹਾ ਤੋਂ? ਲੁਧਿਆਣੇ। ਤੁਸੀਂ ਇੰਨੀ ਦੂਰੋਂ ਸਪੈਸ਼ਲ ਸਾਡੇ ਕੋਲ ਪਹਿਲੇ ਦਿਨ ਆਏ, ਉਸ ਤੋਂ ਬਾਅਦ ਤੁਸੀਂ ਇੰਨੀ ਦੂਰੋਂ ਮਤਲਬ ਕਿ ਆਏ, ਯਕੀਨ ਕਰਕੇ ਆਏ, ਕਿਵੇਂ ਤੁਹਾਨੂੰ ਕਿਵੇਂ ਯਕੀਨ ਹੋਇਆ ਸਰ? ਐਕਚੁਲੀ ਮੈਂ ਨਾ ਮੇਰੇ ਫਰੈਂਡ ਨੇ ਦੱਸਿਆ ਸੀਗਾ, ਤਾਂ ਮੈਂ ਯੂਟਿਊਬ 'ਤੇ ਸਰਚ ਕੀਤਾ ਤੁਹਾਡਾ ਨਾਮ। ਤੁਹਾਡਾ ਫਰੈਂਡ ਦਾ ਕੀ ਨਾਮ ਹੈ? ਮੁਕੇਸ਼। ਮੁਕੇਸ਼, ਕਿਹੜੇ ਵੀਜ਼ਾ ਆਇਆ ਪਹਿਲਾਂ? ਨਹੀਂ ਨਹੀਂ, ਜਿੱਦਾਂ ਪਹਿਲੇ ਉਹਨਾਂ ਦੇ ਫਰੈਂਡ ਸੀਗੇ ਨਾ, ਉਹਨੇ ਦੱਸਿਆ ਉਹਨਾਂ ਦੇ ਅੱਗੇ ਦੇ ਅੱਗੇ, ਮਤਲਬ ਕਿ ਸਾਡੇ ਮੁਕੇਸ਼ ਕੈਂਡੀਡੇਟ ਨਹੀਂ ਸੀਗੇ? ਨਹੀਂ ਨਹੀਂ ਸਰ, ਉਹਨਾਂ ਦਾ ਠੀਕ ਹੈ। ਫਿਰ ਮੈਂ ਤੁਹਾਡਾ ਚੈਨਲ ਦੇਖਿਆ ਯੂਟਿਊਬ 'ਤੇ, ਮੈਂ ਫਿਰ ਵਿਜ਼ਿਟ ਕੀਤੇ ਤੁਹਾਡੇ ਬ੍ਰਾਂਚ 'ਚ, ਵਿਜ਼ਿਟ ਕੀਤਾ ਮੈਂ ਫਿਰ ਬਾਕੀ। ਪਰ ਤੁਸੀਂ ਉਹਦੇ ਰਜਿਸਟ੍ਰੇਸ਼ਨ ਕਰਾ ਕੇ ਨਹੀਂ ਗਏ ਮੈਨੂੰ ਲੱਗਦਾ? ਹਾਂਜੀ, ਫਸਟ ਟਾਈਮ ਸਰ ਮੈਂ ਕਰਾ ਗਿਆ ਸੀਗਾ। ਨਹੀਂ, ਪਹਿਲੇ ਤਾਂ ਤੁਸੀਂ ਕਰਾ ਕੇ ਨਹੀਂ ਗਏ ਸੀ, ਮੈਨੂੰ ਲੱਗਦਾ ਕਿ ਕਰਾ ਗਏ ਸੀ? ਕਰਾ ਗਏ ਸੀ, ਮੈਂ ਕਹਿੰਦਾ ਕਿ ਔਨਲਾਈਨ ਕਰਦੇ ਸੀਗੇ, ਘਰੇ ਕੀਤਾ ਸੀ ਨਾ? ਹਾਂਜੀ ਹਾਂਜੀ, ਕਿਉਂਕਿ ਮੈਨੂੰ ਉਦੋਂ ਵੀ ਲੱਗਿਆ ਸੀ, ਮੈਂ ਕਿਹਾ ਤੁਸੀਂ ਕਦੇ ਪੁੱਛਣੇ ਆਏ,
ਤੁਹਾਡੀ ਮਤਲਬ ਕਿ 1,80,000-2,00,000 ਲਾ ਲਓ ਤੇ ਇਹ 6 ਮਹੀਨੇ ਦੀ ਫੀਸ ਹੈ। ਛੇ ਮਹੀਨੇ ਦੀ ਫੀਸ ਨਾਲ ਐਡਮਿਸ਼ਨ ਆਇਆ ਅਤੇ ਵੀਜ਼ਾ ਤੁਹਾਡੇ ਸਾਹਮਣੇ ਹੀ ਹੈ ਅਤੇ ਇਸ ਦੇ ਨਾਲ ਨਾਲ ਕਿੰਨੇ ਟਾਈਮ ਦੇ ਵਿੱਚ ਆਪਣਾ ਪ੍ਰੋਸੈਸ ਕੰਪਲੀਟ ਹੋ ਗਿਆ? ਮੈਨੂੰ ਲੱਗਦਾ ਤੁਹਾਨੂੰ ਬਸੰਤ ਪੰਚਮੀ ਸੀ। ਹਾਂਜੀ ਆਪਣਾ ਹੋ ਗਿਆ ਸਰ 1.5 ਮਹੀਨੇ 'ਚ ਹੋ ਗਿਆ। 1.5 ਮਹੀਨੇ ਵਿੱਚ ਆਪਣਾ ਆ ਗਿਆ ਅਤੇ ਤੁਹਾਡੀ ਜਿਹੜੀ ਫਾਈਲ ਸਬਮਿਟ ਹੋਈ ਸੀ ਉਸ ਟਾਈਮ ਕਿੰਨਾ ਟਾਈਮ ਲੱਗਿਆ? ਉਸ ਤੋਂ ਬਾਅਦ ਦਿੱਲੀ ਤੋਂ ਬਾਅਦ ਆਪਣਾ ਲੱਗ ਗਿਆ 12 ਦਿਨ ਲੱਗ ਗਏ, 12-15 ਦਿਨ 12-15 ਦਿਨ ਸ਼ਨੀ ਐਤਵਾਰ ਨਹੀਂ ਵਿੱਚ ਲਾਏ? ਹਾਂਜੀ ਫਿਰ ਤਾਂ ਮੈਨੂੰ 8 ਦਿਨ ਲੱਗੇ ਹੋਣਗੇ। ਹਾਂਜੀ ਤੇ ਤੁਹਾਡੀ ਯੂਨੀਵਰਸਿਟੀ ਨੇ ਕੋਈ ਇੰਟਰਵਿਊ ਲਈ ਸੀ? ਨਹੀਂ ਸਰ ਕੁਛ ਇੰਟਰਵਿਊ ਨਹੀਂ। ਤੇ ਅੰਬੈਸੀ ਨੇ ਇੰਟਰਵਿਊ? ਕੁਛ ਨਹੀਂ ਆਇਆ ਸਰ। ਤੇ ਮੈਨੂੰ ਯਾਦ ਹੈ ਕਿ ਜਿੱਦਣ ਆਪਣੀ ਟਿਊਸ਼ਨ ਫੀਸ ਜਿੱਦਣ ਆਪਣਾ ਇਨਵੋਇਸ ਆ ਗਈ ਸੀ ਆਪਣੇ ਕੋਲ ਸਿਰਫ 4 ਦਿਨ ਸੀਗੇ। ਹਾਂਜੀ ਹਾਂਜੀ ਟਿਊਸ਼ਨ ਫੀਸ ਪੇ ਕਰਨ ਵਾਸਤੇ ਤੇ ਉਸ ਦਿਨ ਟਿਊਸ਼ਨ ਫੀਸ ਆਪਾਂ ਪੇ ਕਰਤੀ। ਚਲੋ ਉਸ ਟਾਈਮ ਡੈਡਲਾਈਨ ਵੀ ਮੈਨੂੰ ਲੱਗਦਾ ਜਮੀ ਐਂ ਸਮਝ ਲਓ ਕਿ ਕੱਲ੍ਹ ਡੈਡਲਾਈਨ ਹੈ ਟਿਊਸ਼ਨ ਫੀਸ, ਤੁਸੀਂ ਉਸ ਚੀਜ਼ ਨੂੰ ਸੋਲਵ ਕਿਵੇਂ ਕੀਤਾ? ਸਰ ਮੈਂ ਬਸ ਮੇਰੇ 'ਚ ਇਹ ਮਤਲਬ ਰਿਕੁਐਸਟ ਸੀਗੀ, ਮੈਨੂੰ ਹੁਣ ਕਰਨਾ ਸੀਗਾ ਕਿ ਮੈਂ ਐਡਮਿਸ਼ਨ ਲੈਣੀ ਯੂਨੀਵਰਸਿਟੀ 'ਚ। ਨਹੀਂ ਹਾਂਜੀ ਜਦੋਂ ਆਪਾਂ ਟਿਊਸ਼ਨ ਫੀਸ ਪੇ ਕਰਦੇ ਸੀ ਡੈਡਲਾਈਨ ਆਪਣੀ ਚਲੀ ਗਈ ਸੀ ਕਿਉਂਕਿ ਦਿਨ ਇੱਕ ਰਹਿ ਗਿਆ ਸੀ, ਜੇ ਤੁਸੀਂ ਅਗਲੇ ਦਿਨ ਪੇ ਕਰਨੀ ਸੀ ਦੈਨ ਹੋਣੀ ਨਹੀਂ ਸੀ ਕਿਉਂਕਿ ਤੁਸੀਂ ਪਹਿਲੇ ਦਿਨ ਟਿਊਸ਼ਨ ਫੀਸ ਪੇ ਕਰਕੇ ਆਏ ਸੀ। ਮੁੜ ਕੇ ਤੁਹਾਨੂੰ ਬੈਂਕਰ ਨੇ ਕਿਹਾ ਸੀ ਨਾ ਵੀ ਤੁਹਾਡੀ ਫੀਸ ਮੁੰਬਈ ਸਟੱਕ ਹੋ ਗਈ, ਸਾਨੂੰ ਕੋਡ ਚਾਹੀਦਾ, ਪਤਾ ਨਹੀਂ ਕਿਹੜਾ ਕੋਡ ਮੰਗਿਆ ਸੀ ਉਹਨਾਂ ਨੇ, ਜਿਹਦੇ ਕਰਕੇ ਸਵਿਫਟ ਕੋਡ ਮੰਗਿਆ ਸੀ, ਤੁਹਾਡੀ ਟਿਊਸ਼ਨ ਫੀਸ ਅੱਗੇ ਨਹੀਂ ਗਈ ਸੀਗੀ। ਫਿਰ ਆਪਾਂ ਯੂਨੀਵਰਸਿਟੀ ਥੋੜ੍ਹਾ ਟਾਈਮ ਲਿਆ ਕਿ ਮੈਂ ਆਪਣੀ ਫੀਸ ਪੇ ਕਰਤੀ, ਪਰ ਕੁਛ ਰੀਜ਼ਨ ਕਰਕੇ ਜਿਵੇਂ ਕਿ ਉਹ ਬੈਂਕ ਦਾ ਆਪਣਾ ਪ੍ਰੋਬਲਮ ਹੈ ਨਾ ਅਤੇ ਉਹਦੇ ਕਰਕੇ, ਕਹਿਣ ਦਾ ਮਤਲਬ ਕਈ ਵਾਰੀ ਟਿਊਸ਼ਨ ਫੀਸ ਪੇ ਕਰਨੀ ਹੁੰਦੀ ਹੈ, ਕਈ ਵਾਰੀ ਆਪਣੇ ਕੋਲ ਜਾਂ ਬੈਂਕ, ਹੁਣ ਤੁਸੀਂ ਫੀਸ ਪੇ ਕਰਨਗੇ ਬੈਂਕ ਦਾ ਸਰਵਰ ਨਹੀਂ ਚੱਲ ਰਿਹਾ, ਹੁਣ ਤੁਸੀਂ ਕਹਿ ਦੋਗੇ ਜੀ ਮੈਂ ਤਾਂ ਫੀਸ ਕਰਨੀ ਹੈ ਮੇਰੀ ਡੈਡਲਾਈਨ ਅੱਜ, ਬੈਂਕ ਦਾ ਸਰਵਰ ਨਹੀਂ ਚੱਲ ਰਿਹਾ, ਤੁਸੀਂ ਕੀ ਕਰੋਗੇ ਜਿਹੜੀ ਤਰੀਕ ਦੇ ਵਿੱਚ? ਜੇ ਤਾਂ ਤੁਹਾਨੂੰ ਮਿਲੇ ਹੁਣ 3-4 ਦਿਨ ਫਿਰ ਤਾਂ ਯੂਨੀਵਰਸਿਟੀ ਨੂੰ ਰਿਕੁਐਸਟ ਕਰਕੇ ਪਰ ਇੱਕ ਦੇਣਾ ਪੈਂਦਾ ਕਿ ਵਾਕਈ ਹੀ ਮੈਂ ਫੀਸ ਪੇ ਕਰਨ ਗਿਆ ਸੀ, ਬਟ ਮੇਰੇ ਰੀਜ਼ਨ ਕਰਕੇ ਨਹੀਂ ਯੂਨੀਵਰਸਿਟੀ, ਮਤਲਬ ਕਿ ਟੈਕਨੀਕਲ ਰੀਜ਼ਨ ਕਰਕੇ, ਟੈਕਨੀਕਲ ਹੈ ਉਸ ਰੀਜ਼ਨ ਕਰਕੇ ਮੇਰੀ ਟਿਊਸ਼ਨ ਫੀਸ ਨਹੀਂ ਹੋਈ, ਜਿਸ ਕਰਕੇ ਉਹ ਤੁਹਾਨੂੰ 1 ਜਾਂ 2 ਦਿਨ ਜਾਂ ਹਫ਼ਤੇ ਦਾ ਮੈਨੂੰ ਟਾਈਮ ਦੇ ਦਿੱਤਾ ਸੀ ਉਦੋਂ ਦੇ ਸਕਦੇ। ਪਰ ਜੇ ਤੁਸੀਂ ਕਹੋਗੇ ਵੀ ਮੇਰੇ ਕੋਲ 15 ਦਿਨ ਨੇ, ਮੈਂ 14ਵੇਂ ਦਿਨ ਚੱਕ ਕੇ ਫੀਸ ਭਰਨ ਜਾ ਵੜੂੰ, ਮੁੜ ਕੇ ਕਹੂੰ ਜੀ ਮੇਰਾ ਟਾਈਮ ਨਹੀਂ ਲੱਗਿਆ, ਉਸ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਬਿਲਕੁਲ ਵੀ ਟਾਈਮ ਨਹੀਂ ਮਿਲੂਗਾ। ਅਤੇ ਹੋਰ ਦੱਸੋ ਹੋਰ ਕੀ ਕਹਿਣਾ ਚਾਹੁੰਦੇ ਤੁਹਾਡੇ ਬਾਰੇ? ਮੈਂ ਤੁਹਾਡਾ ਖੁਸ਼ ਹੋ ਤੁਸੀਂ? ਹਾਂਜੀ ਹਾਂਜੀ ਬਹੁਤ ਸਰ ਥੈਂਕ ਯੂ ਕਰਨਾ ਚਾਹੁੰਦਾ ਤੁਹਾਡਾ ਬਹੁਤ ਬਹੁਤ।
ਅਤੇ ਹੋਰ ਆਪਾਂ ਸਾਊਥ ਕੋਰੀਆ ਜਿਹੜਾ ਜਾਣਾ ਅਤੇ ਉੱਥੇ ਜਾ ਕੇ ਕੀ ਕਹਿਣਾ ਚਾਹੁੰਦੇ ਹੋ? ਮੈਂ ਸਰ ਜਿੱਦਾਂ ਜਿਹੜੇ ਮੇਰੇ ਮਤਲਬ ਰਿਲੇਟਿਵ ਹੈਗੇ, ਮੇਰੇ ਫਰੈਂਡਸ ਹੈਗੇ, ਮੈਂ ਉਹਨਾਂ ਨੂੰ ਜਿੱਦਾਂ ਰਿਕਮੈਂਡ ਕਰਾਂਗਾ, ਜਿੱਦਾਂ ਤੁਹਾਨੂੰ ਸਾਊਥ ਕੋਰੀਆ ਵੀ ਇੱਕ ਸਾਊਥ ਕੋਰੀਆ ਨਾ, ਤੁਸੀਂ ਕੰਬਲ ਕੁੰਬਲ ਲੈ ਕੇ ਜਾਇਓ ਆਪਣੇ, ਕਿਉਂਕਿ ਜਦੋਂ ਡੋਰਮੈਟਰੀ ਜਾਂਦੇ ਹੈ ਉੱਥੇ ਮੈਨੂੰ ਲੱਗਦਾ ਵੀ ਕੰਬਲ ਕੁੰਬਲ ਨਹੀਂ ਹੁੰਦੇ, ਜਾਂ ਕਈ ਕੈਂਡੀਡੇਟ ਹੁੰਦੇ ਨੇ ਉਹ ਕਹਿੰਦੇ ਸਾਬਣ ਵੀ ਨਹੀਂ ਹੈਗੀ ਇੱਥੇ। ਕਸਮ ਨਾਲ ਕਹਿੰਦੇ ਇੱਕ ਸਾਡੇ ਕੋਲ ਕੈਂਡੀਡੇਟ ਸੀ, ਸਾਨੂੰ ਕੈਂਡੀਡੇਟ ਦੀ ਕੋਲ ਆਈ ਵੀ ਮੈਡਮ ਸਾਡੇ 'ਤੇ ਆਪਣੇ ਡੋਰਮੈਟਰ 'ਚ ਕੰਬਲ ਨਹੀਂ ਹੈਗੇ, ਹਾਂਜੀ, ਅਤੇ ਮੁੜ ਕੇ ਕੋਲ ਆਈਏ ਇੱਥੇ ਸਾਬਣ ਪੇਸਟ ਵੀ ਨਹੀਂ। ਉਹਨੂੰ ਅਸੀਂ ਕਿਹਾ ਵੀ ਖਰਚਾ ਤੈਨੂੰ ਭੇਜਦੇ ਹਾਂ, 2 ਮਿੰਟ ਰੁਕ ਜਾ, ਵੀ ਤੁਸੀਂ ਦੱਸੋ ਵੀ ਕੰਬਲ ਵੀ ਸਾਡੇ ਤੋਂ ਮੰਗਦੇ ਨੇ ਉੱਥੇ ਜਾ ਕੇ। ਸੋ ਇਸ ਸਿਚੁਏਸ਼ਨ ਦੇ ਵਿੱਚ ਪਲੀਜ਼ ਮੈਂ ਫਿਰ ਕਹਿਣਾ ਵੀ ਕੰਬਲ ਵਗੈਰਾ ਨਾ ਆਪਣੇ ਉਹਦੀ ਹਵਾ ਹੁਵਾ ਕੱਢ ਕੇ ਵਿੱਚ ਪੈਕ ਕਰਕੇ ਲੈ ਕੇ ਜਾਇਆ ਕਰੋ, ਫਿਰ ਉੱਥੇ ਜਾ ਕੇ ਠੰਡ ਆਉਣੀ ਹੈ ਹੁਣ ਤਾਂ, ਮੈਨੂੰ ਲੱਗਦਾ ਹੁਣ ਕੰਬਲ ਦੀ ਲੋੜ ਪੈਣੀ ਵੀ ਹੈ, ਅਤੇ ਹੀਟਰ ਚੱਲਣਗੇ ਵੈਸੇ ਊਂ ਤਾਂ, ਅਤੇ ਕੋਟ ਕੋਟ ਮੋਟੇ ਲੈ ਕੇ ਜਾਇਓ, ਅਤੇ ਬਸ ਆਹੀ ਹੈ ਮੇਨ ਆਪਣੀ ਛੋਟੀ ਜਿਹੀ ਗੱਲ। ਅਤੇ ਜੇ ਤੁਸੀਂ ਵੀ ਸਾਊਥ ਕੋਰੀਆ ਜਾਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਅਤੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਮੈਨੂੰ ਕੋਲ ਕਰ ਸਕਦੇ ਹੋ। ਥੈਂਕ ਯੂ ਸੋ ਮੱਚ। ਅਤੇ ਤੁਹਾਨੂੰ ਮੈਂ ਦੁਬਾਰਾ ਫਿਰ ਕਹਿਣਾ ਕਿ ਆਹ ਦੇਖੋ ਇੱਕ ਪੇਪਰ ਵੀਜ਼ਾ ਲੱਗਦਾ, ਆਹ ਪਾਸਪੋਰਟ 'ਤੇ ਕੋਈ ਵੀ ਸਟਿੱਕਰ ਨਹੀਂ ਲੱਗਦਾ ਹੁੰਦਾ। ਜੇ ਤੁਹਾਨੂੰ ਲੱਗਦਾ ਨਾ ਵੀ ਪਾਸਪੋਰਟ 'ਤੇ ਸਟਿੱਕਰ, ਉਹ ਸੱਚ ਇੱਕ ਮੀਨ ਕਿ ਕਈ ਕਹਿਤਾ ਪਹਿਲਾਂ ਨਾ ਆਪਾਂ ਵੀ ਤੁਹਾਡਾ ਵੀਜ਼ਾ ਪਹਿਲਾਂ ਰਿਜੈਕਟ ਹੈ, ਹਾਂਜੀ ਉਹ ਦੱਸਤਾ ਪਹਿਲਾਂ ਵੀਜ਼ਾ ਰਿਜੈਕਟ ਸੀ ਇਹਨਾਂ ਦਾ ਆਹ, ਕਿਉਂਕਿ ਨੰਬਰ ਲਿਖ ਦਿੰਦੇ ਹੁੰਦੇ ਆ ਮਗਰ ਪਾਸਪੋਰਟ ਦੇ ਨੰਬਰ, ਕਿਉਂਕਿ ਸਟੈਂਪ ਨਹੀਂ ਕੋਈ ਲਾਉਂਦੇ ਸਾਊਥ ਕੋਰੀਆ ਵਾਲੇ। ਦੈਨ ਇਸ ਤਰ੍ਹਾਂ ਪੇਪਰ ਵੀਜ਼ਾ ਆਉਂਦਾ ਅਤੇ ਇਸ ਤਰ੍ਹਾਂ ਦੇ ਇਨਵੈਲਪ ਦੇ ਵਿੱਚ ਆਉਂਦਾ। ਆਹ ਮੈਂ ਵੀਜ਼ਾ ਓਪਨ ਨਹੀਂ ਕੀਤਾ ਹਜੇ, ਇਹ ਆਪਾਂ ਨੈਕਸਟ ਵੀਡੀਓ ਬਣਾਵਾਂਗੇ। ਸੋ ਜੇ ਤੁਸੀਂ ਵੀ ਸਾਊਥ ਕੋਰੀਆ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕੋਲ ਕਰ ਸਕਦੇ ਨੇ ਮੈਨੂੰ? ਹਾਂਜੀ ਸਰ ਸ਼ੋਰ। ਕਿ ਨਹੀਂ ਕਰ ਸਕਦੇ? ਨਹੀਂ ਸਰ, ਕੋਲ ਕਰਾਂਗਾ ਮੈਂ ਉੱਥੇ ਜਾ ਕੇ। ਤੁਸੀਂ ਨਹੀਂ, ਕਲਾਇੰਟ? ਨਹੀਂ, ਮੈਂ ਵੀ ਕਰਾਂਗਾ ਤੁਹਾਨੂੰ ਕੋਲ। ਤੁਸੀਂ ਕੋਲ ਕਰੋਗੇ? ਹਾਂਜੀ, ਮੈਨੂੰ ਵੀਡੀਓ ਕੋਲ ਕਰਨੀ ਉੱਥੇ ਜਾ ਕੇ ਫਿਰ ਤੁਸੀਂ? ਹਾਂਜੀ ਹਾਂਜੀ ਸ਼ੋਰ। ਅਤੇ ਥੈਂਕ ਯੂ ਸੋ ਮੱਚ, ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਚਲੋ ਠੀਕ ਹੈ।